ਬਰਸਾਤ ਕਾਰਨ ਹੋਇਆ ਵੱਡਾ ਹਾਦਸਾ, ਗੱਡੀ 'ਤੇ ਆ ਡਿੱਗਿਆ ਦਰਖਤ, ਮੌਕੇ 'ਤੇ ਹੀ ਦੋ ਔਰਤਾਂ ਦੀ ਹੋਈ ਮੌਤ, ਚੱਕਣਾ ਚੂਰ ਹੋ ਗਈ ਗੱਡੀ। ਵੱਡੀ ਖਬਰ ਕਰਨਾਲ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਰਾਹ ਜਾਂਦੀ ਗੱਡੀ 'ਤੇ ਦਰਖਤ ਆ ਡਿੱਗਿਆ ਅਤੇ ਮੌਕੇ 'ਤੇ ਹੀ ਦੋ ਔਰਤਾਂ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕਰਨਾਲ 'ਚ ਬੀਤੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੀਂਹ ਦੇ ਚੱਲਦਿਆਂ ਇਹ ਜੋ ਗੱਡੀ ਹੈ ਇਹ ਰਾਹ ਨੂੰ ਜਾ ਰਹੀ ਸੀ ਤਾਂ ਜੋ ਦਰਖਤ ਹੈ ਉਹ ਗੱਡੀ 'ਤੇ ਆ ਡਿੱਗਦਾ ਹੈ। ਹਾਲਾਂਕਿ ਗੱਡੀ 'ਚ ਸਵਾਰ ਜੋ ਦੋ ਮਹਿਲਾਵਾਂ ਸੀ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਮੌਕੇ 'ਤੇ ਹੀ ਹਫੜਾ ਦਫੜੀ ਦਾ ਜੋ ਮਾਹੌਲ ਹੈ ਉਹ ਬਣ ਜਾਂਦਾ ਹੈ। ਆਸੇ ਪਾਸੇ ਦੇ ਜੋ ਲੋਕ ਨੇ ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ। ਹਾਲਾਂਕਿ ਐਡੇ ਵੱਡੇ ਆਕਾਰ ਦਾ ਦਰਖਤ ਗੱਡੀ 'ਤੇ ਜਦ ਆ ਡਿੱਗਿਆ ਤਾਂ ਗੱਡੀ ਦੀ ਤੁਸੀਂ ਦੇਖ ਸਕਦੇ ਹੋ ਕਿ ਹਾਲਤ ਚੱਕਣਾ ਚੂਰ ਹੋਈ ਪਈ ਹੈ ਗੱਡੀ, ਔਰ ਜੋ ਗੱਡੀ 'ਚ ਸਵਾਰ ਦੋ ਮਹਿਲਾਵਾਂ ਸੀ ਉਹਨਾਂ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਅਤੇ ਫਿਲਹਾਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ JCB ਮਸ਼ੀਨਾਂ ਦੇ ਰਾਹੀਂ ਜੋ ਦਰਖਤ ਹੈ ਉਸਨੂੰ ਗੱਡੀ ਤੋਂ ਹਟਾਇਆ ਜਾ ਰਿਹਾ ਤਾਂ ਜੋ ਰਾਹ ਬੰਦ ਹੋਇਆ ਉਸਨੂੰ ਖੋਲ੍ਹਿਆ ਜਾ ਸਕੇ ਜਾਂ ਜੋ ਹੋਰ ਜੋ ਵਾਹਨ ਹੈ ਉਹ ਵੀ ਆਸਾਨੀ ਨਾਲ ਨਿਕਲ ਸਕਣ। ਪਰ ਮੌਕੇ 'ਤੇ ਲੋਕਾਂ ਦੀ ਜੋ ਭੀੜ ਹੈ ਉਹ ਵੱਡਾ ਇਕੱਠ ਹੋ ਗਿਆ। ਹਾਲਾਂਕਿ ਜਦ ਇੱਕਦਮ ਹੀ ਰਾਹ ਜਾਂਦੀ ਗੱਡੀ 'ਤੇ ਦਰਖਤ ਆ ਡਿੱਗਿਆ ਤਾਂ ਆਸੇ ਪਾਸੇ ਹਫੜਾ ਦਫੜੀ ਮੱਚ ਗਈ। ਜੋ ਸਥਾਨਕ ਲੋਕ ਸੀ ਉਹ ਉੱਥੇ ਜਮ੍ਹਾਂ ਹੋਣਾ ਸ਼ੁਰੂ ਹੋ ਗਏ, ਹੋਰ ਵੀ ਜੋ ਅੱਗੇ ਪਿਛਲੇ ਵਾਹਨ ਸੀ ਉਹ ਵੀ ਰੁਕ ਗਏ। ਹਾਲਾਂਕਿ ਦੋ ਦਿਨਾਂ ਤੋਂ ਕਰਨਾਲ ਵਿਖੇ ਭਾਰੀ ਬਰਸਾਤ ਹੋ ਰਹੀ ਹੈ ਅਤੇ ਫਿਲਹਾਲ ਵੀ ਜੋ ਮੀਂਹ ਦਾ ਕਹਿਰ ਹੈ ਉਹ ਉੱਥੇ ਜਾਰੀ ਹੈ। ਪਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਕਿ ਇੱਕ ਗੱਡੀ 'ਤੇ ਦਰਖਤ ਆ ਡਿੱਗਦਾ ਹੈ ਅਤੇ ਮੌਕੇ 'ਤੇ ਹੀ ਦੋ ਔਰਤਾਂ ਦੀ ਮੌਤ ਹੋ ਜਾਂਦੀ ਹੈ। ਬਰਸਾਤ ਕਾਰਨ ਹੋਇਆ ਵੱਡਾ ਹਾਦਸਾ, ਗੱਡੀ 'ਤੇ ਆ ਡਿੱਗਿਆ ਦਰਖਤ, ਮੌਕੇ 'ਤੇ ਹੀ ਦੋ ਔਰਤਾਂ ਦੀ ਹੋਈ ਮੌਤ, ਚੱਕਣਾ ਚੂਰ ਹੋ ਗਈ ਗੱਡੀ। ਵੱਡੀ ਖਬਰ ਕਰਨਾਲ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਰਾਹ ਜਾਂਦੀ ਗੱਡੀ 'ਤੇ ਦਰਖਤ ਆ ਡਿੱਗਿਆ ਅਤੇ ਮੌਕੇ 'ਤੇ ਹੀ ਦੋ ਔਰਤਾਂ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕਰਨਾਲ 'ਚ ਬੀਤੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੀਂਹ ਦੇ ਚੱਲਦਿਆਂ ਇਹ ਜੋ ਗੱਡੀ ਹੈ ਇਹ ਰਾਹ ਨੂੰ ਜਾ ਰਹੀ ਸੀ ਤਾਂ ਜੋ ਦਰਖਤ ਹੈ ਉਹ ਗੱਡੀ 'ਤੇ ਆ ਡਿੱਗਦਾ ਹੈ। ਹਾਲਾਂਕਿ ਗੱਡੀ 'ਚ ਸਵਾਰ ਜੋ ਦੋ ਮਹਿਲਾਵਾਂ ਸੀ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਮੌਕੇ 'ਤੇ ਹੀ ਹਫੜਾ ਦਫੜੀ ਦਾ ਜੋ ਮਾਹੌਲ ਹੈ ਉਹ ਬਣ ਜਾਂਦਾ ਹੈ। ਆਸੇ ਪਾਸੇ ਦੇ ਜੋ ਲੋਕ ਨੇ
ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ। ਹਾਲਾਂਕਿ ਐਡੇ ਵੱਡੇ ਆਕਾਰ ਦਾ ਦਰਖਤ ਗੱਡੀ 'ਤੇ ਜਦ ਆ ਡਿੱਗ ਗਿਆ ਤਾਂ ਗੱਡੀ ਦੀ ਤੁਸੀਂ ਦੇਖ ਸਕਦੇ ਹੋ ਕਿ ਹਾਲਤ ਚੱਕਣਾ ਚੂਰ ਹੋਈ ਪਈ ਹੈ ਗੱਡੀ, ਔਰ ਜੋ ਗੱਡੀ 'ਚ ਸਵਾਰ ਦੋ ਮਹਿਲਾਵਾਂ ਸੀ ਉਹਨਾਂ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਅਤੇ ਫਿਲਹਾਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ JCB ਮਸ਼ੀਨਾਂ ਦੇ ਰਾਹੀਂ ਜੋ ਦਰਖਤ ਹੈ ਉਸਨੂੰ ਗੱਡੀ ਤੋਂ ਹਟਾਇਆ ਜਾ ਰਿਹਾ ਤਾਂ ਜੋ ਰਾਹ ਬੰਦ ਹੋਇਆ ਉਸਨੂੰ ਖੋਲ੍ਹਿਆ ਜਾ ਸਕੇ ਜਾਂ ਜੋ ਹੋਰ ਜੋ ਵਾਹਨ ਹੈ ਉਹ ਵੀ ਆਸਾਨੀ ਨਾਲ ਨਿਕਲ ਸਕਣ। ਪਰ ਮੌਕੇ 'ਤੇ ਲੋਕਾਂ ਦੀ ਜੋ ਭੀੜ ਹੈ ਉਹ ਵੱਡਾ ਇਕੱਠ ਹੋ ਗਿਆ। ਹਾਲਾਂਕਿ ਜਦ ਇਕਦਮ ਹੀ ਰਾਹ ਜਾਂਦੀ ਗੱਡੀ 'ਤੇ ਦਰਖਤ ਆ ਡਿੱਗ ਗਿਆ ਤਾਂ ਆਸੇ ਪਾਸੇ ਹਫੜਾ ਦਫੜੀ ਮੱਚ ਗਈ। ਜੋ ਸਥਾਨਕ ਲੋਕ ਸੀ ਉਹ ਉੱਥੇ ਜਮ੍ਹਾਂ ਹੋਣਾ ਸ਼ੁਰੂ ਹੋ ਗਏ, ਹੋਰ ਵੀ ਜੋ ਅੱਗੇ ਪਿਛਲੇ ਵਾਹਨ ਸੀ ਉਹ ਵੀ ਰੁਕ ਗਏ। ਹਾਲਾਂਕਿ 2 ਦਿਨਾਂ ਤੋਂ ਕਰਨਾਲ ਵਿਖੇ ਭਾਰੀ ਬਰਸਾਤ ਹੋ ਰਹੀ ਹੈ ਅਤੇ ਫਿਲਹਾਲ ਵੀ ਜੋ ਮੀਂਹ ਦਾ ਕਹਿਰ ਹੈ ਉਹ ਉੱਥੇ ਜਾਰੀ ਹੈ। ਪਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਕਿ ਇੱਕ ਗੱਡੀ 'ਤੇ ਦਰਖਤ ਆ ਡਿੱਗਦਾ ਹੈ ਅਤੇ ਮੌਕੇ 'ਤੇ ਹੀ 2 ਔਰਤਾਂ ਦੀ ਮੌਤ ਹੋ ਜਾਂਦੀ ਹੈ।